ਸਤਿ ਸ਼੍ਰੀ ਅਕਾਲ ਸਾਰੀਆਂ ਭੈਣਾਂ ਨੂੰ, ਭਰਾਵਾਂ ਨੂੰ, ਜਿਹੜੇ ਵੀ ਵਲੌਗ ਦੇਖ ਰਹੇ ਆ, ਹੈ ਨਾ, ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਅਤੇ ਅੱਜ ਦੇ ਵਲੌਗ ਦੇ ਵਿੱਚ ਵੀ ਆਪਾਂ ਜਿਹੜੇ ਵੀ ਤੁਸੀਂ ਕਮੈਂਟ ਕੀਤੇ ਸੀ ਅਤੇ ਉਹਨਾਂ ਦੇ ਰਿਪਲਾਈ 'ਚ, ਹੈ ਨਾ, ਵੀਡੀਓ ਬਣਾਉਣ ਲੱਗੀਆਂ। ਅਤੇ ਆਹ ਵਲੌਗ ਤੁਹਾਡੇ ਬਹੁਤ ਹੀ ਜ਼ਿਆਦਾ ਕੰਮ ਦਾ ਹੋਣ ਵਾਲਾ। ਜਿਹੜੀਆਂ ਚੀਜ਼ਾਂ ਮੈਂ ਪ੍ਰੈਕਟੀਕਲ ਕੀਤੀਆਂ, ਹੈ ਨਾ, ਅੱਜ ਆਪਾਂ ਸਭ ਤੋਂ ਪਹਿਲਾਂ ਵਾਲਾਂ ਦੀ ਗੱਲ ਕਰਦੇ ਹਾਂ, ਹੈ ਨਾ, ਹੇਅਰ ਦੀ ਪ੍ਰੋਬਲਮ। ਅਤੇ ਜਿਵੇਂ ਕਿ ਆਪਾਂ ਲਾ ਲਈਏ ਵਾਲਾਂ ਦੀ, ਹੈ ਨਾ, ਹਰੇਕ ਦੀ ਅਲੱਗ ਅਲੱਗ ਕੰਡੀਸ਼ਨ ਹੁੰਦੀ ਆ। ਜਿਵੇਂ ਕਿਸੇ ਨੇ, ਹੈ ਨਾ, ਕੋਈ ਵੀ ਸਮੂਥਨਿੰਗ ਕਰਵਾਈ ਹੁੰਦੀ ਆ ਜਾਂ ਕੋਈ ਵੀ ਕੈਮੀਕਲ ਟ੍ਰੀਟਮੈਂਟ ਲਿਆ ਹੁੰਦਾ, ਉਹਨਾਂ ਦੀ ਹੇਅਰ ਕੇਅਰ ਅਲੱਗ ਹੁੰਦੀ ਆ। ਜਾਂ ਜਿਹੜੀਆਂ ਭੈਣਾਂ, ਹੈ ਨਾ, ਕਦੇ ਵੀ ਆਪਾਂ ਵਾਲਾਂ 'ਤੇ, ਜਿਵੇਂ ਕਿ ਹੁਣ ਆਪਣੀਆਂ ਮੰਮੀਆਂ ਹੋ ਗਈਆਂ, ਉਹਨਾਂ ਨੇ ਕਦੇ ਵੀ ਬਹੁਤ ਸਾਰੀਆਂ, ਹੈ ਨਾ, ਐਵੇਂ ਦੀਆਂ ਭੈਣਾਂ ਹੁੰਦੀਆਂ ਜਿਨ੍ਹਾਂ ਨੇ ਨਹੀਂ ਵਾਲਾਂ 'ਤੇ ਕੋਈ ਵੀ ਕੈਮੀਕਲ ਟ੍ਰੀਟਮੈਂਟ ਕਰਾਇਆ ਹੁੰਦਾ, ਜਿਵੇਂ ਕਦੇ ਸਮੂਥਨਿੰਗ, ਕੈਰਾਟੀਨ, ਕੁਛ ਨਹੀਂ ਕਰਾਇਆ ਹੁੰਦਾ, ਉਹਨਾਂ ਦੇ ਨੈਚੁਰਲ ਹੇਅਰ ਹੁੰਦੇ ਆ, ਹੈ ਨਾ। ਅਤੇ ਉਹਨਾਂ ਲਈ ਆਪਾਂ ਅਲੱਗ ਹੇਅਰ ਕੇਅਰ ਦੱਸਦੇ ਹਾਂ। ਇਹ ਸਾਰੀਆਂ ਚੀਜ਼ਾਂ ਮੈਂ ਆਪਦੀ ਲਾਈਫ 'ਚ ਪ੍ਰੈਕਟੀਕਲ ਕੀਤੀਆਂ ਵੀ ਆ ਅਤੇ ਜੋ ਸਹੀ ਆ ਉਹ ਮੈਂ ਤੁਹਾਨੂੰ ਦੱਸਣ ਲੱਗੀ ਹਾਂ। ਜੇ ਤੁਸੀਂ ਵੀ ਐਵੇਂ ਯੂਜ਼ ਕਰੋਗੇ, ਹੈ ਨਾ, ਹੇਅਰ ਕੇਅਰ ਦਾ ਜਿਵੇਂ ਜਿਵੇਂ ਮੈਂ ਤੁਹਾਨੂੰ ਦੱਸੂਗੀ, ਤਾਂ ਤੁਸੀਂ 2-3 ਮਹੀਨੇ ਹੀ ਕਰਕੇ ਵੇਖਿਓ ਅਤੇ ਤੁਸੀਂ ਖੁਦ ਕਹੋਗੇ ਵੀ ਹਾਂ, ਸਾਡੇ ਵਾਲਾਂ ਦੀ ਕੰਡੀਸ਼ਨ, ਭੈਣੇ, ਵੀ ਹੁਣ ਵਧੀਆ ਹੋ ਗਈ ਆ ਜਾਂ ਆਹ ਚੀਜ਼ਾਂ ਹੈਗੀਆਂ। ਸਭ ਤੋਂ ਪਹਿਲਾਂ ਤਾਂ ਆਪਾਂ ਨੂੰ, ਨਾ, ਹਰੇਕ ਬੰਦੇ ਨੂੰ 2 ਦਿਨਾਂ ਬਾਅਦ ਹੇਅਰ ਵਾਸ਼ ਕਰਨਾ ਹੀ ਚਾਹੀਦਾ। ਭਲਾਂ ਤਾਂ ਆਪਾਂ ਜਮ੍ਹਾਂ ਏਸੀ 'ਚ ਰਹਿੰਦੇ ਹਾਂ, ਭਲਾਂ ਆਪਾਂ ਪਸੀਨੇ 'ਚ ਬਾਹਰ ਕੰਮ ਕਰਦੇ ਹਾਂ, ਹੈ ਨਾ, ਵੀ 2 ਦਿਨਾਂ ਬਾਅਦ, ਜਿਵੇਂ 3ਜੇ ਦਿਨ ਤਾਂ ਹੇਅਰ ਵਾਸ਼ ਕਰਨਾ ਹੀ ਕਰਨਾ ਚਾਹੀਦਾ। ਉਹਦੇ ਨਾਲ ਆਪਣੀਆਂ ਪੂਰੀਆਂ ਸਕੈਲਪਾਂ, ਹੈ ਨਾ, ਕਲੀਨ ਹੋ ਜਾਂਦੀਆਂ। ਤਾਂ ਉਹਦੇ ਨਾਲ ਆਪਣੇ ਵਾਲ ਜਿੰਨੇ ਜ਼ਿਆਦਾ ਕਲੀਨ ਰਹਿਣਗੇ ਉਨੇ ਜ਼ਿਆਦਾ, ਹੈ ਨਾ, ਵਧੀਆ ਰਹਿਣਗੇ। ਜਿਵੇਂ ਆਪਾਂ ਆਪ ਨਹਾਉਂਦੇ ਹਾਂ, ਉਵੇਂ ਆਪਣੇ ਵਾਲਾਂ ਨੂੰ ਵੀ 2 ਦਿਨਾਂ ਬਾਅਦ, ਨਾ, ਕਲੀਨਿੰਗ ਦੀ ਲੋੜ ਹੁੰਦੀ ਆ, ਹੈ ਨਾ। ਕਈ ਲੋਕ ਤਾਂ ਡੇਲੀ ਡੇਲੀ ਹੇਅਰ ਵਾਸ਼ ਵੀ ਕਰਦੇ ਆ, ਚਲੋ ਆਪਾਂ ਇੰਨਾ ਨਹੀਂ ਕਰ ਸਕਦੇ, ਤਾਂ 2 ਦਿਨ ਛੱਡ ਕੇ 3ਜੇ ਦਿਨ ਤਾਂ ਜ਼ਰੂਰ ਹਰ ਬੰਦੇ ਨੂੰ ਕਰਨਾ ਹੀ ਚਾਹੀਦਾ, ਹੈ ਨਾ। ਸਿੱਕਰੀ ਵੀ ਆਪਣੇ ਤਾਂ ਹੀ ਸਟਾਰਟ ਹੁੰਦੀ ਆ, ਵਾਲ ਝੜਨੇ ਵੀ ਤਾਂ ਹੀ ਸਟਾਰਟ ਹੁੰਦੇ ਜਦੋਂ ਆਪਾਂ ਵਾਲਾਂ ਦੀ ਸਫਾਈ ਨਹੀਂ ਰੱਖਦੇ, ਹੈ ਨਾ। ਅਤੇ ਜਿਹੜੀਆਂ ਭੈਣਾਂ ਨੇ ਕਦੇ ਹੇਅਰ ਕੋਈ ਨਹੀਂ ਕੈਮੀਕਲ ਕਰਵਾਇਆ ਵਾ, ਜਿਵੇਂ ਕੈਰਾਟੀਨ, ਸਮੂਥਨਿੰਗ, ਕੋਈ ਟ੍ਰੀਟਮੈਂਟ ਨਹੀਂ ਕਰਾਇਆ ਵਾ ਉਹਨਾਂ ਦੇ ਨੈਚੁਰਲ ਵਾਲ ਆ, ਹੈ ਨਾ, ਉਹਨਾਂ ਲਈ ਸਭ ਤੋਂ ਪਹਿਲਾਂ ਆਪਾਂ ਦੱਸਣ ਲੱਗੇ ਹਾਂ ਉਹ ਕਿਵੇਂ, ਹੈ ਨਾ, ਸ਼ੈਂਪੂ, ਕੰਡੀਸ਼ਨਰ ਕੀ ਯੂਜ਼ ਕਰਨ ਤੋਂ ਪਹਿਲਾਂ। ਤਾਂ ਉਹ ਭੈਣਾਂ ਜਿਵੇਂ, ਨਾ, ਵੀ ਤੇਲ ਲਾ ਸਕਦੀਆਂ, ਤੇਲ ਨੂੰ ਹਮੇਸ਼ਾ, ਇਹ ਨਹੀਂ ਵੀ ਆਪਾਂ 2 ਦਿਨ ਲਾ ਕੇ ਛੱਡਤਾ, 3 ਦਿਨ ਲਾ ਕੇ ਛੱਡਤਾ, ਐਵੇਂ ਤੇਲ ਨੂੰ ਕਦੇ ਵੀ ਨਹੀਂ ਲਾਉਣਾ ਚਾਹੀਦਾ। ਮੈਂ ਵੀ ਪਹਿਲਾਂ ਐਂ ਲਾਉਂਦੀ ਹੁੰਦੀ ਸੀ ਬਚਪਨ 'ਚ, ਵੀ ਐਵੇਂ ਅਸੀਂ ਲਾਉਂਦੇ ਹੁੰਦੇ ਸੀ। ਬਟ ਜੇ ਤੁਸੀਂ ਆਪਦੇ ਵਾਲਾਂ ਨੂੰ ਜ਼ਿਆਦਾ ਵਧੀਆ ਬਣਾਉਣਾ ਚਾਹੁੰਦੇ ਹੋ, ਤੇਲ ਲਾਓ। ਜਿਵੇਂ ਹੁਣ ਮੈਂ ਅੱਜ ਸ਼ਾਮ ਨੂੰ ਹੇਅਰ ਵਾਸ਼ ਕਰਨਾ, ਸਵੇਰੇ ਤੇਲ ਲਾ ਲਿਆ, 3-4 ਘੰਟੇ ਵਾਲਾਂ 'ਚ ਲੱਗਿਆ ਰਿਹਾ। ਬਹੁਤ ਮਲ ਮਲ ਕੇ, ਰਗੜ ਰਗੜ ਕੇ ਤੇਲ ਨਹੀਂ ਲਾਉਣਾ ਚਾਹੀਦਾ, ਉਹਦੇ ਨਾਲ ਵੀ ਆਪਣੇ ਵਾਲ ਟੁੱਟਦੇ ਆ, ਹੈ ਨਾ। ਅਤੇ ਸਕੈਲਪ 'ਚ ਬਸ ਜਿੰਨੀ ਲੋੜ ਆ ਉਨਾ ਓਇਲ ਲਾ ਲਿਆ, ਠੀਕ ਹੈ, ਸ਼ਾਮ ਤੱਕ ਰੱਖੋ ਅਤੇ ਹੇਅਰ ਵਾਸ਼ ਕਰ ਲਓ, ਹੈ ਨਾ। ਅਤੇ ਇੱਕ, ਸਾਰੀਆਂ ਭੈਣਾਂ ਨੂੰ, ਨਾ, ਕੰਡੀਸ਼ਨਰ ਜ਼ਰੂਰ ਯੂਜ਼ ਕਰਨਾ ਚਾਹੀਦਾ। ਮੈਂ ਵੀ ਪਹਿਲਾਂ ਇਕੱਲਾ ਸ਼ੈਂਪੂ ਕਰ ਲੈਂਦੀ ਸੀ, ਸੋਚਦੀ ਸੀ ਅੱਜ ਕਿਹੜਾ ਕਿਤੇ ਜਾਣਾ, ਜਦੋਂ ਮੈਂ ਕਿਤੇ ਜਾਣਾ ਹੁੰਦਾ ਸੀ ਨਾ, ਕੰਡੀਸ਼ਨਰ ਉਦੋਂ ਹੀ ਲਾਉਂਦੀ ਸੀ ਵੀ, ਹੈ ਨਾ, ਆਪਾਂ ਵਿਆਹ 'ਤੇ ਜਾਣਾ ਜਾਂ ਹੁਣ ਕੰਡੀਸ਼ਨਰ ਲਾ ਲਈਏ। ਜਦੋਂ ਵੀ ਆਪਾਂ ਸ਼ੈਂਪੂ ਕਰਦੇ ਹਾਂ, ਨਾ, ਭਲਾਂ ਤਾਂ ਤੁਸੀਂ ਵਾਲਾਂ 'ਚ ਕੋਈ ਟ੍ਰੀਟਮੈਂਟ ਕਰਾਇਆ, ਭਲਾਂ ਨਹੀਂ ਕਰਾਇਆ, ਹਰੇਕ ਦੇ ਵਾਲਾਂ ਨੂੰ ਨਾਲ ਦੀ ਨਾਲ ਕੰਡੀਸ਼ਨਰ ਦੀ ਲੋੜ ਹੁੰਦੀ ਆ। ਤੁਸੀਂ ਅਜਮਾ ਕੇ ਦੇਖਿਓ ਵੀ ਜੇ ਤੁਸੀਂ ਸ਼ੈਂਪੂ ਤੋਂ, ਹਰੇਕ ਵਾਸ਼ ਤੋਂ ਬਾਅਦ ਕੰਡੀਸ਼ਨਰ ਕਰੋਗੇ ਨਾ, ਤੁਹਾਡੇ ਵਾਲ ਖੁਦ ਹੀ ਝੜਨਾ ਬੰਦ ਕਰ ਦੇਣਗੇ, ਕਿਉਂਕਿ ਵਾਲ ਉਦੋਂ ਝੜਦੇ ਆ ਜਦੋਂ ਵਾਲ ਆਪਾਂ ਸ਼ੈਂਪੂ ਤਾਂ ਬਹੁਤ ਕੈਮੀਕਲ ਵਾਲਾ ਤੇਜ਼ ਕਰ ਲੈਂਦੇ ਹਾਂ, ਹੈ ਨਾ, ਵਾਲ ਡਰਾਈ ਹੋ ਜਾਂਦੇ ਆ, ਅਤੇ ਆਪਾਂ ਵਾਲ ਵਾਹੁਣੇ, ਵਾਲ ਵਾਹੁਣੇ ਵੀ ਬਹੁਤ ਜ਼ਿਆਦਾ ਫਿਰ ਔਖੇ ਹੋ ਜਾਂਦੇ ਆ, ਹੈ ਨਾ, ਆਪਾਂ ਸੋਚਦੇ ਤੇਲ ਲਾ ਲਈਏ ਫਿਰ ਵਾਲ ਵਹਿਣਗੇ। ਜੇ ਤੁਸੀਂ ਸ਼ੈਂਪੂ ਲਾ ਕੇ ਕੰਡੀਸ਼ਨਰ ਲਾਓਗੇ ਤਾਂ ਤੁਹਾਡੇ ਵਾਲ ਵੀ ਸੌਖੇ ਬਹਿਣਗੇ, ਟੁੱਟਣੇ ਵੀ ਬੰਦ ਹੋ ਜਾਣਗੇ। ਪੂਰੇ ਸਾਲ 'ਚ ਜਿਵੇਂ ਸਾਵਨ ਦਾ ਮਹੀਨਾ ਹੁੰਦਾ ਨਾ, ਗਰਮੀ 'ਚ ਵਾਲ ਸਾਰਿਆਂ ਦੇ ਟੁੱਟਦੇ ਆ, ਹੈ ਨਾ, ਇਹ ਤਾਂ ਨੋਰਮਲ ਆ। ਜੇ ਆਪਣੇ ਪੂਰਾ ਸਾਲ ਹੀ ਵਾਲ ਟੁੱਟਦੇ ਰਹਿਣ, ਫਿਰ ਇਹ ਰੀਜ਼ਨ ਹੋ ਸਕਦਾ ਵੀ ਆਪਣੇ ਵਾਲ ਜ਼ਿਆਦਾ, ਹੈ ਨਾ, ਡਰਾਈ ਹੈਗੇ ਆ।
ਤੇ ਇਹ ਤੁਸੀਂ ਇਹਦੇ ਲਈ ਕੋਈ ਵੀ ਵਧੀਆ ਜਿਹਾ ਸ਼ੈਂਪੂ ਯੂਜ਼ ਕਰ ਸਕਦੇ ਹੋ, ਜਿਵੇਂ ਹੈਡ ਐਂਡ ਸ਼ੋਲਡਰ ਹੋ ਗਿਆ, ਸਨਸਲਿਕ ਹੋ ਗਿਆ, ਕੋਈ ਵੀ ਕਰ ਸਕਦੇ ਹੋ। ਤੇ ਜੇ ਭੈਣਾਂ ਯੂਜ਼ ਕਰ ਸਕਦੀਆਂ, ਤੇ ਇੱਕ ਮੈਟ੍ਰਿਕਸ ਦਾ ਨਾ ਔਰੇਂਜ ਵਾਲਾ ਸ਼ੈਂਪੂ ਹੁੰਦਾ, ਜਿਨ੍ਹਾਂ ਨੇ ਨਹੀਂ ਵੀ ਕੁਛ ਵਾਲਾਂ ਤੇ ਕੈਮੀਕਲ ਕਰਵਾਇਆ ਹੈ ਨਾ, ਮੈਂ ਉਹਨਾਂ ਲਈ ਇਹ ਸ਼ੈਂਪੂ ਦੱਸਣ ਲੱਗੀ ਆ। ਸਾਈਡ ਤੇ ਮੈਂ ਫੋਟੋ ਲਾਈ ਹੋਈ ਆ। ਇਹ ਹੈਗਾ ਮੈਟ੍ਰਿਕਸ ਦਾ ਔਰੇਂਜ ਵਾਲਾ ਸ਼ੈਂਪੂ। ਇਹ ਵਾਲਾਂ ਨੂੰ ਚੋਂ ਡਸਟ ਵਗੈਰਾ ਵੀ ਵਧੀਆ ਚੰਗੀ ਤਰ੍ਹਾਂ ਕੱਢਦਾ। ਇਹਦੇ ਹੀ ਨਾਲ ਕੰਡੀਸ਼ਨਰ ਆਉਂਦਾ, ਇਹਦੀ ਵੀ ਮੈਂ ਇੱਧਰਲੀ ਸਾਈਡ ਫੋਟੋ ਲਾਈ ਹੋਈ ਆ। ਇਹ ਸ਼ੈਂਪੂ ਤੇ ਕੰਡੀਸ਼ਨਰ ਤੁਸੀਂ ਯੂਜ਼ ਕਰਕੇ ਦੇਖਿਓ, ਤੁਹਾਡੇ ਵਾਲ ਖੁਦ ਹੀ ਵਧੀਆ ਹੋਣ ਲੱਗ ਜਾਣਗੇ ਹੈ ਨਾ। ਇਹ ਆਪਣੇ ਵਾਲਾਂ 'ਚੋਂ ਜਿਵੇਂ ਵੀ ਕਿੰਨਾ ਮਰਜ਼ੀ ਪਸੀਨਾ, ਡਸਟ, ਮਿੱਟੀ ਚੰਗੀ ਤਰ੍ਹਾਂ ਕਲੀਨ ਕਰਦਾ। ਅਤੇ ਇਹਦਾ ਕੰਡੀਸ਼ਨਰ ਵੀ ਜਿਨ੍ਹਾਂ ਦੇ ਵਾਲ ਝੜਦੇ ਆ ਹੈ ਨਾ, ਝੜਨੇ ਬੰਦ ਹੋ ਜਾਣਗੇ, ਵੀ ਵਧੀਆ ਹੈਗਾ। ਨਾਲੇ ਸਮੂਥ ਵੀ ਹੋਣਗੇ, ਸਿਲਕੀ ਸਮੂਥ ਹੋਣ ਲੱਗ ਜਾਣਗੇ, ਵਧਣ ਵੀ ਲੱਗ ਜਾਣਗੇ ਹੈ ਨਾ। ਅਤੇ ਇਹ ਸ਼ੈਂਪੂ ਮੈਂ ਬਹੁਤ ਟਾਈਮ ਯੂਜ਼ ਕੀਤਾ ਵਾ, ਵੀ ਇਹ ਦੋਨੇ ਚੀਜ਼ਾਂ ਤੁਸੀਂ ਯੂਜ਼ ਕਰੋ। ਇਹਦਾ ਹੀ ਮੈਟ੍ਰਿਕਸ ਦਾ ਹੀ ਸਿਰਮ ਆਉਂਦਾ, ਸਿਰਮ ਦੀ ਫੋਟੋ ਵੀ ਮੈਂ ਨਾਲ ਲਾਤੀ। ਇਹ ਤਿੰਨੇ ਚੀਜ਼ਾਂ ਤੁਸੀਂ ਇੱਕ ਵਾਰੀ ਯੂਜ਼ ਕਰਿਓ। ਤੁਹਾਨੂੰ ਇੱਕ ਦੱਸਣ ਲੱਗੀ ਹਾਂ, ਓਇਲ, ਆਹ ਓਇਲ ਨੂੰ ਤੁਸੀਂ 3 ਮਹੀਨੇ ਲਗਾਤਾਰ ਯੂਜ਼ ਕਰ ਲਿਓ। ਜੇ ਤੁਹਾਨੂੰ ਰਿਜ਼ਲਟ ਨਾ ਮਿਲਿਆ ਨਾ, ਮੈਨੂੰ ਕਿਹੋ। ਇਹ ਹੈਗਾ ਮੰਮਾ ਅਰਥ ਦਾ ਓਨੀਅਨ ਹੈ ਨਾ ਹੇਅਰ ਓਇਲ, ਇਹਨੂੰ ਮੈਂ ਯੂਜ਼ ਕੀਤਾ ਸੀ। ਅੱਜ ਮੈਂ ਤਾਂ ਕਟਿੰਗ ਕਰਵਾ ਦਿੰਦੀ ਹਾਂ ਹੈ ਨਾ ਜਲਦੀ ਜਲਦੀ, ਅਤੇ 2 ਸਾਲ ਪਹਿਲਾਂ ਨਾ ਮੈਨੂੰ ਵਾਲ ਵਧਾਉਣ ਦਾ ਬੜਾ ਕਰੇਜ਼ ਚੜਿਆ ਸੀ, 2-2.5 ਸਾਲ ਹੋ ਗਿਆ ਨਾ। ਮੈਂ ਉਦੋਂ ਇਹ ਮੰਮਾ ਅਰਥ ਦਾ ਓਨੀਅਨ ਵਾਲਾ ਹੈ ਨਾ ਲਿਆ ਸੀ ਓਇਲ। ਸੱਚੀ ਯਾਰ ਇੰਨਾ ਜ਼ਿਆਦਾ ਵਧੀਆ ਸੀ ਨਾ, ਬਹੁਤ ਹੀ ਜ਼ਿਆਦਾ ਵਧੀਆ। ਪਰ ਫਿਰ ਤਾਂ ਮੈਂ ਕੈਰਾਟੀਨ ਕਰਵਾ ਲਈ ਨਾ, ਫਿਰ ਜਦੋਂ ਆਪਾਂ ਕੈਰਾਟੀਨ ਸਮੂਥਨਿੰਗ ਹੈ ਨਾ, ਕੋਈ ਵੀ ਕੈਮੀਕਲ ਜਿਵੇਂ ਆਪਾਂ ਕਹਿ ਦਈਏ ਪੰਜਾਬੀ 'ਚ ਸਿੱਧਾ, ਵੀ ਜਦੋਂ ਆਪਾਂ ਵਾਲ ਸਟੇਟ ਕਰਾ ਲਈਏ ਨਾ, ਉਦੋਂ ਆਪਾਂ ਤੇਲ ਨਹੀਂ ਲਾ ਸਕਦੇ, ਵੀ ਉਹਦੇ ਨਾਲ ਆਪਣਾ ਜਿਹੜਾ ਟ੍ਰੀਟਮੈਂਟ ਹੁੰਦਾ ਉਹ ਨਿਕਲ ਜਾਂਦਾ। ਜਦੋਂ ਮੈਂ ਆਪਦੇ ਵਾਲਾਂ 'ਚ ਨਹੀਂ ਟ੍ਰੀਟਮੈਂਟ ਕੋਈ ਕਰਾਇਆ ਸੀ ਨਾ, ਮੇਰੇ ਨੋਰਮਲ ਵਾਲ ਸੀ, ਉਦੋਂ ਮੈਂ ਇਹ ਤੇਲ ਯੂਜ਼ ਕੀਤਾ ਸੀ। ਨਾਲੇ ਤਾਂ ਮੇਰੇ ਵਾਲ ਬਹੁਤ ਜ਼ਿਆਦਾ ਕਾਲੇ ਹੋ ਗਏ ਸੀ, ਅਤੇ ਨਾਲੇ ਮੇਰੇ ਵਾਲ ਵੀ ਲੈਂਥ ਵੀ ਵਧੀ ਸੀ। ਪਰ ਇਹ ਐਂ ਨਹੀਂ ਵੀ ਤੁਸੀਂ 15 ਦਿਨ ਲਾ ਲਿਆ ਅਤੇ 20 ਦਿਨ ਲਾ ਲਿਆ ਅਤੇ ਮਹੀਨਾ ਲਾ ਲਿਆ, 3 ਮਹੀਨੇ ਤੁਹਾਨੂੰ ਯੂਜ਼ ਕਰਨਾ ਪਊਗਾ, ਰਿਜ਼ਲਟ ਦੀ ਗਰੰਟੀ ਹੈ, ਰਿਜ਼ਲਟ ਆਊਗਾ ਹੀ। ਅਤੇ ਇਹਦੇ ਨਾਲ ਵਾਲ ਕਾਲੇ ਵੀ ਹੋ ਜਾਣਗੇ, ਝੜਨੇ ਵੀ ਬੰਦ ਹੋ ਜਾਣਗੇ। ਤੁਸੀਂ ਇਹ ਜ਼ਰੂਰ ਸ਼ੈਂਪੂ ਕੰਡੀਸ਼ਨਰ, ਅਤੇ ਉਹ ਤਾਂ ਮੈਂ ਤੁਹਾਨੂੰ ਦੱਸਿਆ ਹੀ ਹੈ ਨਾ, ਉਹ ਸਭ ਤੋਂ ਵਧੀਆ ਹੈਗਾ ਸ਼ੈਂਪੂ ਕੰਡੀਸ਼ਨਰ ਅਤੇ ਸਿਰਮ। ਜਦੋਂ ਤੁਸੀਂ ਤੇਲ ਲਾਉਣਾ ਨਾ, ਇਹ ਤੇਲ ਹਫ਼ਤੇ 'ਚ 2 ਵਾਰੀ ਤੁਸੀਂ ਲਾਉਣਾ ਹੀ ਲਾਉਣਾ। 2 ਵਾਰੀ ਹੇਅਰ ਵਾਸ਼ ਕਰਨਾ, ਉਦੋਂ ਪਹਿਲਾਂ ਸਵੇਰੇ ਤੇਲ ਲਾ ਲਿਆ, ਅਤੇ ਇਹਦੇ ਨਾਲ ਨਾ ਉੱਪਰ ਬੋਟਲ ਦੇ ਉੱਤੇ ਕੰਘਾ ਜਿਹਾ ਵੀ ਬਣਿਆ ਹੁੰਦਾ, ਉਹਦੇ ਨਾਲ ਬੜੀ ਵਧੀਆ ਹੈ ਨਾ ਮਸਾਜ ਜੀ ਹੁੰਦੀ ਆ। ਤੇਲ ਤਾਂ ਤੁਸੀਂ ਜ਼ਰੂਰ ਹੀ ਖਰੀਦਿਓ ਹੈ ਨਾ, ਤੁਹਾਨੂੰ ਬਹੁਤ ਜ਼ਿਆਦਾ ਵਧੀਆ ਫਾਇਦਾ ਹੋਣ ਲੱਗਿਆ ਹੋਊਗਾ ਹੈ ਨਾ। ਦੂਜੀ ਗੱਲ, ਜੇ ਚਲੋ ਤੁਸੀਂ ਇਹ ਨਹੀਂ ਵੀ ਲੈ ਸਕਦੇ ਹੈ ਨਾ ਓਇਲ, ਤਾਂ ਕੋਕੋਨਟ ਓਇਲ ਬੈਸਟ ਆ। ਜਿਨ੍ਹਾਂ ਦੇ ਸਿੱਕਰੀ ਜ਼ਿਆਦਾ ਰਹਿੰਦੀ ਆ ਉਹਨਾਂ ਲਈ ਕੋਕੋਨਟ ਓਇਲ ਬਿਲਕੁਲ ਵਧੀਆ ਬੈਸਟ ਆ। ਬਾਕੀ ਸਰਦੀਆਂ ਲਈ ਬਦਾਮ ਰੋਗਨ ਤੋਂ ਉੱਤੇ ਕੋਈ ਤੇਲ ਹੈਗਾ ਹੀ ਨਹੀਂ, ਇੰਨੇ ਜ਼ਿਆਦਾ ਤੁਹਾਡੇ ਵਾਲ ਲਾਈਟ ਕਰ ਦਿੰਦਾ, ਜਾਂ ਤਾਂ ਬਦਾਮ ਰੋਗਨ ਹੋ ਗਿਆ ਅਤੇ ਜਾਂ ਹੋ ਗਿਆ ਜੈਤੂਨ ਦਾ ਤੇਲ। ਸਰਦੀਆਂ 'ਚ ਇਹ 2 ਤੇਲ ਲਾਓ, ਵਾਲ ਇੰਨੇ ਘੈਂਟ ਵਾਲੇ ਹੋ ਜਾਣਗੇ ਨਾ ਵੀ ਪੁੱਛੋ ਹੀ ਨਾ। ਕਿ ਹੁਣ ਆਪਾਂ ਗੱਲ ਕਰਦੇ ਹਾਂ ਜਿਨ੍ਹਾਂ ਭੈਣਾਂ ਨੇ ਕੈਮੀਕਲ ਟ੍ਰੀਟਮੈਂਟ ਕਰਵਾਏ ਹੋਏ, ਜਿਵੇਂ ਕੈਰਾਟੀਨ ਹੋ ਗਿਆ, ਸਮੂਥਨਿੰਗ ਹੋ ਗਿਆ, ਕੋਈ ਵੀ ਵਾਲ ਸਟੇਟ ਕਰਾਉਣ ਲਈ ਟ੍ਰੀਟਮੈਂਟ ਕਰਾਇਆ ਹੋਇਆ, ਉਹ ਭੈਣਾਂ ਘੱਟੋ ਘੱਟ ਜਿਵੇਂ ਆਪਾਂ ਅੱਜ ਟ੍ਰੀਟਮੈਂਟ ਕਰਾਇਆ, 6 ਮਹੀਨੇ ਤੱਕ ਤੇਲ ਨਾ ਲਾਉਣ, ਕਿਉਂਕਿ ਜਦੋਂ ਆਪਾਂ ਤੇਲ ਲਾਉਂਦੇ ਹਾਂ ਤਾਂ ਉਦੋਂ ਵਾਲਾਂ ਦਾ ਆਪਣਾ ਉਹ ਜਿਹੜਾ ਕੈਮੀਕਲ ਹੁੰਦਾ ਹੈ ਨਾ, ਉਹ ਨਿਕਲ ਜਾਂਦਾ। ਮਤਲਬ ਕੋਈ ਵੀ ਦਹੀਂ, ਐੱਗ, ਆਹ ਚੀਜ਼ਾਂ ਉਦੋਂ ਨਾ ਲਾਉਣ ਜੇ ਤੁਸੀਂ ਟ੍ਰੀਟਮੈਂਟ ਕਰਵਾ ਹੀ ਰੱਖਿਆ। ਜਿਹੜਾ ਉਹਨਾਂ ਨੇ ਸ਼ੈਂਪੂ ਕੰਡੀਸ਼ਨਰ ਮਾਸਕ ਦਿੱਤਾ ਉਹਨੂੰ ਪ੍ਰੋਪਰ ਯੂਜ਼ ਕਰੋ ਹੈ ਨਾ। ਅਤੇ ਜਦੋਂ ਆਪਾਂ ਕੋਈ ਟ੍ਰੀਟਮੈਂਟ ਕਰਾ ਕੇ ਜਾਂ ਆਪਾਂ ਆਪਦੀ ਮਰਜ਼ੀ ਨਾਲ ਕੋਈ ਵੀ ਲੋਕਲ ਸ਼ੈਂਪੂ ਯੂਜ਼ ਕਰ ਲੈਂਦੇ ਹਾਂ ਤਾਂ ਆਪਣੇ ਉਦੋਂ ਵਾਲ ਜਲਦੀ ਖਰਾਬ ਹੁੰਦੇ ਆ। ਮੈਨੂੰ ਘੱਟੋ ਘੱਟ 3 ਸਾਲ ਹੋ ਗਿਆ, ਮੈਂ ਜਿਵੇਂ ਕੈਰਾਫਾਈਨ ਦੀ ਕੈਰਾਟੀਨ ਹੀ ਕਰਵਾਉਣੀ ਹੁੰਦੀ ਹੈ, ਮੈਂ ਕਦੇ ਸਮੂਥਨਿੰਗ ਜਾਂ ਹੋਰ ਕਿੰਨੇ ਸਾਰੇ ਕੋਈ ਟ੍ਰੀਟਮੈਂਟ ਚੱਲੇ ਹੋਏ, ਮੈਂ ਕਦੇ ਨਹੀਂ ਕਰਾਇਆ। 3 ਸਾਲ ਤੋਂ ਜ਼ਿਆਦਾ ਹੀ, 3-4 ਸਾਲ ਹੋ ਗਏ ਮੈਂ ਲਗਾਤਾਰ, ਜਦੋਂ ਵੀ 6 ਮਹੀਨਿਆਂ ਬਾਅਦ ਕਰਾਵਾਂ, ਸਾਲ ਬਾਅਦ ਕਰਾਵਾਂ, ਕੈਰਾਫਾਈਨ ਦੀ ਨਾ ਕੈਰਾਟੀਨ ਆਉਂਦੀ ਆ ਹੈ ਨਾ,
ਤੇ ਉਹ ਮਤਲਬ ਹੁੰਦੀ ਵੀ ਸਸਤੀ ਆ ਤੇ ਵੀ ਵਧੀਆ, ਉਹਦੇ ਨਾਲ ਵਾਲ ਸਹੀ ਹੋ ਜਾਂਦੇ ਆ। ਉਹਦਾ ਹੀ ਮੈਂ ਸ਼ੈਂਪੂ ਕੰਡੀਸ਼ਨਰ ਯੂਜ਼ ਕਰਦੀ ਹਾਂ, ਕੈਰਾਫਾਈਨ ਦਾ। ਇਹ ਕੈਰਾਫਾਈਨ ਦਾ ਸ਼ੈਂਪੂ ਕੰਡੀਸ਼ਨਰ ਜਿਨ੍ਹਾਂ ਨੇ ਆਹ ਮਤਲਬ ਵੀ ਕੋਈ ਹੋਰ ਵੀ ਟ੍ਰੀਟਮੈਂਟ ਕਰਵਾਇਆ ਨਾ, ਸਮੂਥਨਿੰਗ ਵਗੈਰਾ, ਉਹਨਾਂ 'ਚ ਵੀ ਯੂਜ਼ ਕਰ ਸਕਦੇ ਆ, ਵੀ ਇਹ ਸ਼ੈਂਪੂ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ। ਅਤੇ ਜਦੋਂ ਆਪਾਂ ਕੋਈ ਟ੍ਰੀਟਮੈਂਟ ਕਰਾ ਲੈਂਦੇ ਹਾਂ ਨਾ, ਉਦੋਂ ਪਲੀਜ਼ ਤੁਸੀਂ ਕੋਈ ਵੀ ਦਹੀਂ, ਐੱਗ, ਉਦੋਂ ਆਹ ਚੀਜ਼ਾਂ ਨਾ ਲਾਇਆ ਕਰੋ। ਜੇ ਤੁਸੀਂ ਨਹੀਂ ਟ੍ਰੀਟਮੈਂਟ ਕਰਵਾਇਆ ਵਾ, ਉਦੋਂ ਵੀ ਇੱਕ ਵਾਰੀ ਤੁਸੀਂ ਆਪਦੀ ਮਰਜ਼ੀ ਨਾਲ, ਜਿਵੇਂ ਕਈ ਵਾਰੀ ਕੋਈ ਆਪਾਂ ਕਦੇ ਐਲੋਵੀਰਾ, ਉਹ ਸਾਰੀਆਂ ਚੀਜ਼ਾਂ ਵਧੀਆ ਹੁੰਦੀਆਂ ਨੇ, ਹੈ ਨਾ, ਬਟ ਤੁਸੀਂ ਇੱਕ ਵਾਰੀ ਆਹ ਸ਼ੈਂਪੂ, ਆਹ ਤੇਲ ਯੂਜ਼ ਕਰਕੇ ਦੇਖਿਓ। 3 ਮਹੀਨੇ ਐਵੇਂ ਯੂਜ਼ ਕਰਿਓ ਅਤੇ ਬਸ ਪਲੀਜ਼ ਤੁਸੀਂ ਵਾਲ ਧੋਣੇ ਆ, 3ਜੇ ਦਿਨ ਜ਼ਰੂਰ ਵਾਲ ਧੋਣੇ ਧੋਣੇ ਆ, ਠੀਕ ਹੈ। ਅਤੇ ਤੁਹਾਨੂੰ ਖੁਦ ਹੀ ਹੈ ਨਾ ਰਿਜ਼ਲਟ ਮਿਲੂਗਾ। ਹੇਅਰ ਵਾਸ਼ ਕਰਕੇ ਕੰਡੀਸ਼ਨਰ ਨੂੰ ਘੱਟੋ ਘੱਟ 10 ਮਿੰਟ ਲਾ ਕੇ ਰੱਖਿਆ ਕਰੋ, ਹੈ ਨਾ। ਅਤੇ ਜੇ ਤੁਸੀਂ ਬਾਜ਼ਾਰਾਂ 'ਚ ਸਪਾ ਕਰਾਉਣ ਜਾਂਦੇ ਹੋ ਨਾ, ਇੱਕ ਮੈਂ ਤੁਹਾਨੂੰ ਸਪਾ ਘਰ ਹੀ ਦੱਸ ਦਿੰਦੀ ਹਾਂ, ਅਤੇ ਉਹ ਲੋਰੀਅਲ ਦਾ ਸਪਾ ਹੈਗਾ, ਬਲੂ ਵਾਲਾ, ਬੜਾ ਹੀ ਵਧੀਆ, ਸਾਰੇ ਸੈਲੂਨ ਵਾਲੇ ਉਹੀ ਕਰਦੇ ਆ, ਹੈ ਨਾ। ਅਤੇ 800-900 ਦਾ ਉਹ ਵੱਧ ਤੋਂ ਵੱਧ ਡੱਬਾ ਆ ਜਾਂਦਾ, ਸਸਤਾ ਹੀ ਆਉਂਦਾ ਹੋਣਾ, ਅਤੇ ਉੱਥੇ ਆਪਣੇ ਇੱਕ ਸਪਾ ਦਾ ਹੀ 600-700 ਲੈ ਲੈਂਦੇ ਆ। ਵਾਲ ਧੋ ਕੇ, ਹੈ ਨਾ, ਤੁਸੀਂ ਆਹ ਡੱਬੇ ਦੀ ਮੈਂ ਨਾਲ ਫੋਟੋ ਲਾਤੀ ਆ, ਇਹਨੂੰ ਤੁਸੀਂ 1/2 ਘੰਟਾ ਵਾਲਾਂ 'ਤੇ ਲਾ ਕੇ ਰੱਖਣਾ, ਹੈ ਨਾ। ਅਤੇ 1/2 ਘੰਟੇ ਬਾਅਦ ਤੁਸੀਂ ਹੇਅਰ ਵਾਸ਼ ਕਰ ਦੇਣਾ, ਤੁਸੀਂ ਖੁਦ ਦੇਖਿਓ ਤੁਹਾਡੇ ਵਾਲ ਕਿੰਨੇ ਜ਼ਿਆਦਾ ਸਮੂਥ ਹੋ ਜਾਣਗੇ। ਇਹ ਸਪਾ ਕੋਈ ਵੀ ਲਾ ਸਕਦਾ, ਭਲਾ ਜਿਨ੍ਹਾਂ ਨੇ ਕੋਈ ਟ੍ਰੀਟਮੈਂਟ ਕਰਾਇਆ, ਭਲਾ ਨਹੀਂ ਕਰਾਇਆ, ਸਾਰੇ ਨੂੰ ਯੂਜ਼ ਕਰ ਸਕਦੇ ਆ, ਅਤੇ ਤੁਹਾਡੇ ਵਾਲ ਇਹਦੇ ਨਾਲ ਵਧਣਗੇ ਵੀ, ਗਰੰਟੀ ਆ, ਮੈਂ ਲਿਖ ਕੇ ਦਿੰਦੀ ਹਾਂ। ਜੇ ਤੁਸੀਂ ਇਹਨੂੰ ਲਗਾਤਾਰ ਬਸ ਯੂਜ਼ ਕਰੋਗੇ ਨਾ, ਵੀ 15 ਦਿਨਾਂ ਬਾਅਦ ਸਪਾ ਲਾਉਂਗੇ ਇਹ ਕਰੀਮ, ਅਤੇ ਤੁਹਾਡੇ ਵਾਲ ਵੇਖਿਓ ਵੀ ਸਾਲ 'ਚ ਕਿੰਨੇ ਜ਼ਿਆਦਾ ਵੱਧ ਜਾਣਗੇ, ਟੁੱਟਣੇ ਬੰਦ ਹੋ ਜਾਣਗੇ। ਵਾਲ ਉਦੋਂ ਟੁੱਟਦੇ ਆ ਜਦੋਂ ਆਪਾਂ ਕਦੇ ਕਿਹੜਾ ਸ਼ੈਂਪੂ ਲਾ ਲਿਆ, ਕਦੇ ਕਿਹੜਾ ਕੰਡੀਸ਼ਨਰ ਲਾ ਲਿਆ। ਜੋ ਵੀ ਤੁਹਾਨੂੰ ਸ਼ੈਂਪੂ ਕੰਡੀਸ਼ਨਰ ਇੱਕ ਵਾਰੀ ਸੈੱਟ ਆ ਗਿਆ ਨਾ, ਉਹਨੂੰ ਲਗਾਤਾਰ ਰੱਖੋ। ਜਿਵੇਂ ਮੈਂ ਹੁਣ ਆਪਦੇ 3 ਸਾਲ ਤੋਂ ਇੱਕ ਹੀ ਸ਼ੈਂਪੂ ਕੰਡੀਸ਼ਨਰ ਯੂਜ਼ ਕਰਦੀ ਹਾਂ, ਅਤੇ ਮੈਨੂੰ ਉਹ ਸੈੱਟ ਆਇਆ ਵਾ, ਮੈਂ ਉਹਨੂੰ ਚੇਂਜ ਨਹੀਂ ਕਰਦੀ, ਤਾਂ ਕਰਕੇ ਆਪਣੇ ਵਾਲ ਵਧੀਆ ਹੋ ਜਾਂਦੇ ਹਨ। ਇਹ ਤਾਂ ਹੋ ਗਈ ਆਪਣੀ ਟੋਟਲ ਹੇਅਰ ਕੇਅਰ, ਸਾਰੀਆਂ ਚੀਜ਼ਾਂ ਵਧੀਆ ਯੂਜ਼ ਹੋਣ ਵਾਲੀਆਂ, ਅਤੇ ਇਹਨਾਂ ਦੇ ਰਿਜ਼ਲਟ ਮੈਂ ਖੁਦ ਯੂਜ਼ ਕੀਤੀਆਂ ਹੋਈਆਂ, ਹੈ ਨਾ, ਮੈਨੂੰ ਪਤਾ। ਅਤੇ ਬਾਕੀ ਇੱਕ ਗੱਲ ਦਾ ਧਿਆਨ ਰੱਖਿਓ, ਹਰੇਕ ਚੀਜ਼ ਅੱਜ ਕੱਲ੍ਹ ਬਾਜ਼ਾਰਾਂ 'ਚ ਨਾ ਡੁਪਲੀਕੇਟ ਮਿਲਦੀ ਆ। ਜਿੱਥੇ ਆਪਾਂ ਕਹਿ ਦਈਏ ਵੀ 1000 ਵਾਲੀ ਚੀਜ਼ ਜਿੱਥੇ 800 'ਚ ਮਿਲੀ ਜਾਂਦੀ ਆ, ਕਈ ਵਾਰੀ ਉਹ ਡਿਸਕਾਊਂਟ 'ਤੇ ਓਰੀਜਨਲ ਵੀ ਮਿਲ ਜਾਂਦੀ ਆ, ਪਰ ਕਈ ਚੀਜ਼ਾਂ ਸੇਮ ਡੁਪਲੀਕੇਟ ਮਿਲਦੀਆਂ, ਉਹਨਾਂ ਨਾਲ ਤੁਹਾਡੇ ਵਾਲ ਖਰਾਬ ਹੋਣਗੇ। ਆਪਦੀ ਗਰੰਟੀ ਨਾਲ ਉਹ ਦੁਕਾਨ ਤੋਂ ਲਿਓ ਜਿੱਥੇ ਤੁਹਾਨੂੰ ਓਰੀਜਨਲ ਚੀਜ਼ ਮਿਲੇ, ਡੁਪਲੀਕੇਟ ਨਾ ਮਿਲੇ, ਹੈ ਨਾ। ਅਤੇ ਜੇ ਤੁਸੀਂ ਸਹੀ ਓਰੀਜਨਲ ਚੀਜ਼ ਯੂਜ਼ ਕਰੋਗੇ, ਰਿਜ਼ਲਟ ਤੁਹਾਨੂੰ ਫੇਰ ਹੀ ਆਉਣਗੇ। ਅਤੇ ਐਮਾਜ਼ੋਨ ਤੋਂ ਬਿਲਕੁਲ ਵੀ ਸਪਾ ਸ਼ੈਂਪੂ ਕੁਛ ਨਾ ਮੰਗਾਇਓ, ਉੱਥੇ ਕੋਈ ਭਰੋਸਾ ਨਹੀਂ, ਡੁਪਲੀਕੇਟ ਮਿਲੇ ਨਾ ਮਿਲੇ, ਹੈ ਨਾ, ਕੋਈ ਉੱਥੇ ਆਪਾਂ ਪੱਕਾ ਕੁਛ ਨਹੀਂ ਕਹਿ ਸਕਦੇ। ਜਿਹੜਾ ਵੀ ਤੁਹਾਡੇ ਸ਼ਹਿਰ 'ਚ ਦੁਕਾਨ ਸਟੋਰ ਆ, ਅਤੇ ਉੱਥੋਂ ਚੰਗੀ ਤਰ੍ਹਾਂ ਆਪਦੀ ਗਰੰਟੀ ਨਾਲ ਓਰੀਜਨਲ ਚੀਜ਼ ਲਿਓ, ਠੀਕ ਹੈ। ਅਤੇ ਕਿਉਂਕਿ ਅੱਜ ਕੱਲ੍ਹ ਜਿਹੜਾ ਡੁਪਲੀਕੇਟ ਹੁੰਦਾ ਨਾ, ਉਹ ਸਸਤਾ ਤਾਂ ਜ਼ਰੂਰ ਹੁੰਦਾ, ਬਟ ਉਹਨਾਂ ਨੇ ਤੁਹਾਡੇ ਵਾਲ ਪੂਰੇ ਕਰਦੇ ਨੇ ਖਰਾਬ, ਠੀਕ ਹੈ। ਬਸ ਆਹ ਚੀਜ਼ ਦਾ ਧਿਆਨ ਰੱਖਿਓ, ਅਤੇ ਤੁਹਾਡੇ ਵਾਲ ਵਧੀਆ ਹੋ ਜਾਣਗੇ। ਵਾਲੇ ਜ਼ਿਆਦਾ ਗਰਮ ਪਾਣੀ ਨਾਲ ਵੀ ਹੇਅਰ ਵਾਸ਼ ਨਾ ਕਰਿਆ ਕਰੋ, ਉਦੋਂ ਹੁੰਦੀ ਆ ਆਪਣੇ ਸਿੱਕਰੀ, ਠੀਕ ਹੈ। ਅਤੇ ਵਾਲ ਜਿਹੜੇ ਬਸ ਝੜਦੇ ਆ, ਜੇ ਤੁਸੀਂ ਪ੍ਰੋਪਰ 3 ਦਿਨਾਂ ਬਾਅਦ ਵਾਲ ਧੋਵੋਗੇ, ਕੇਅਰ ਕਰੋਗੇ, ਸਾਰੀਆਂ ਪ੍ਰੋਬਲਮ ਸਹੀ ਹੋ ਜਾਣੀਆਂ। ਜਿਹੜਾ ਮੰਮਾ ਅਰਥ ਦਾ ਤੁਹਾਨੂੰ ਆਇਲ ਦੱਸਿਆ ਨਾ, ਅਤੇ ਇਹ ਤੁਹਾਡੇ ਵਾਲ ਤੁਸੀਂ ਇੱਕ ਵਾਰ ਯੂਜ਼ ਕਰਕੇ ਦੇਖਿਓ, ਤੁਸੀਂ ਖੁਦ ਕਹੋਗੇ ਜਦੋਂ ਤੁਸੀਂ ਲਾਓਗੇ ਨਾ ਵਾਲਾਂ 'ਤੇ, ਤੁਹਾਨੂੰ ਇੰਨਾ ਹਲਕਾਪਨ ਲੱਗੂਗਾ ਨਾ ਜਦੋਂ ਵਾਸ਼ ਕਰੋਗੇ, ਵੀ ਮੈਨੂੰ ਤਾਂ ਇਹੀ ਆਇਲ ਵਧੀਆ ਲੱਗਦਾ। ਬਾਕੀ ਮੈਂ ਤੁਹਾਨੂੰ ਦੱਸਿਆ ਵੀ ਕੋਕੋਨਟ ਆਇਲ ਹੋ ਗਿਆ, ਬਦਾਮ ਰੋਗਨ ਹੋ ਗਿਆ, ਜੈਤੂਨ ਦਾ ਤੇਲ ਹੋ ਗਿਆ, ਹੈ ਨਾ, ਸਿਰੇ ਦੇ ਤੇਲ ਹੈਗੇ ਆ ਇਹ 3-4, ਬਸ ਹੋਰ ਜ਼ਿਆਦਾ ਚੱਕਰਾਂ 'ਚ ਪੈਣ ਦੀ ਲੋੜ ਹੀ ਨਹੀਂ ਹੈਗੀ, ਹੈ ਨਾ। ਅਤੇ ਇਹ ਵਧੀਆ ਹੈਗੇ ਆ, ਤੁਹਾਡੇ ਵਾਲ ਵਧੀਆ ਕਰ ਦੇਣਗੇ। ਅਤੇ ਬਸ ਅੱਜ ਦਾ, ਹੈ ਨਾ, ਆਪਣਾ ਵਲੌਗ ਸੀਗਾ ਵਾਲਾਂ ਨੂੰ ਲੈ ਕੇ। ਕੱਲ੍ਹ ਨੂੰ ਆਪਾਂ ਬਣਾਵਾਂਗੇ ਸਕਿਨ ਕੇਅਰ ਦੇ ਵੀ ਜਿਹੜੇ ਹੋਰ ਕਮੈਂਟ ਆਏ ਆ, ਉਹਨਾਂ ਦੇ ਰਿਗਾਰਡਿੰਗ ਵਲੌਗ, ਹੈ ਨਾ, ਬਣਾਵਾਂਗੇ। ਬਾਕੀ
ਕੋਈ ਵੀ ਆਪਾਂ ਸਕਿਨ ਕੇਅਰ ਆ, ਕੋਈ ਵੀ ਵਾਲਾਂ ਦੀ ਕੇਅਰ ਆ, ਕੋਈ ਵੀ ਪਤਲਾ ਹੋਣਾ, ਤੇ ਨਾਲ ਨਾਲ ਆਪਾਂ ਨੂੰ ਡਾਈਟ ਤਾਂ ਕਰਨੀ ਪੈਂਦੀ ਆ, ਹੈ ਨਾ। ਜੇ ਤੁਸੀਂ ਵਧੀਆ ਖਾਓਗੇ ਤਾਂ ਰਿਜ਼ਲਟ ਵਧੀਆ ਆਉਣਗੇ, ਹੈ ਨਾ। ਅਤੇ ਜਿਹੜੇ ਮੈਂ ਪਿਛਲੇ ਵਲੌਗ 'ਚ ਮਲਟੀ ਵਿਟਾਮਿਨ ਦੱਸੇ ਸੀ, ਉਹ ਮਲਟੀ ਵਿਟਾਮਿਨ ਵਾਲਾਂ ਨੂੰ ਝੜਨਾ ਵੀ ਬੰਦ ਕਰਦੇ ਆ, ਵਾਲਾਂ ਦੀ ਕੰਡੀਸ਼ਨ ਵੀ ਉਹਨਾਂ ਨਾਲ ਵਧੀਆ ਹੁੰਦੀ ਆ, ਵਾਲ ਸਟਰੋਂਗ ਵੀ ਹੁੰਦੇ ਆ, ਸਕਿਨ ਵੀ ਵਧੀਆ ਹੁੰਦੀ ਆ। ਉਹ ਮਲਟੀ ਵਿਟਾਮਿਨ, ਹੈ ਨਾ, ਤੁਸੀਂ ਨਾਲ ਖਾਣੇ ਹੀ ਖਾਣੇ ਆ, ਹੈ ਨਾ। ਅਤੇ ਬਾਕੀ ਜੇ ਭੈਣਾਂ ਨੇ ਕੁਛ ਹੋਰ ਵੀ ਪੁੱਛਣਾ ਹੋਵੇ ਤਾਂ ਤੁਸੀਂ ਇੰਸਟਾਗ੍ਰਾਮ 'ਤੇ ਮੈਸੇਜ ਕਰ ਸਕਦੇ ਹੋ, ਹਰਮਨ ਬਰਾੜ 393, ਉੱਥੇ ਆਪਾਂ, ਹੈ ਨਾ, ਗੱਲ ਕਰ ਸਕਦੇ ਹਾਂ। ਜਦੋਂ ਮਰਜ਼ੀ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ। ਅਤੇ ਸਾਰੀਆਂ ਚੀਜ਼ਾਂ ਦੇ ਨਾਲ ਨਾਲ ਖੁਸ਼ ਰਹਿਣਾ ਬਈ ਬਹੁਤ ਜ਼ਿਆਦਾ ਜ਼ਰੂਰੀ ਆ। ਖੁਸ਼ ਰਿਹਾ ਕਰੋ, ਟੈਨਸ਼ਨਾਂ ਤੋਂ ਬਾਹਰ ਰਿਹਾ ਕਰੋ, ਅਤੇ ਬਸ ਜੇ ਖੁਸ਼ ਰਹੋਗੇ ਤਾਂ ਸਭ ਕੁਛ ਵਧੀਆ ਸਹੀ ਹੋ ਜੂਗਾ। ਬਾਕੀ ਵਾਲਾਂ ਨੂੰ ਮੈਂ ਜਿਹੜਾ ਅੱਜ ਦਾ ਵਲੌਗ ਬਣਾਇਆ, ਇਹ ਸੱਚੀ ਆਪਦੇ ਵੱਲੋਂ ਮੈਂ 100% ਦੇ ਕੇ ਵੀ ਹਾਂ ਆਹ ਚੀਜ਼ਾਂ ਦਾ ਐਵੇਂ ਹੋ ਸਕਦਾ, ਅਤੇ ਆਪਦੇ ਵੱਲੋਂ ਮੈਂ ਤੁਹਾਨੂੰ ਵਧੀਆ ਚੀਜ਼ ਦੱਸੀ ਆ। ਵਿਸ਼ਵਾਸ ਕਰਿਓ, ਯੂਜ਼ ਕਰਕੇ ਵੀ ਦੇਖਿਓ, ਅਤੇ ਰਿਜ਼ਲਟ ਜ਼ਰੂਰ ਆਉਣਗੇ। ਅਤੇ ਬਸ ਡੁਪਲੀਕੇਟ ਚੀਜ਼ਾਂ ਤੋਂ ਬਚਿਓ। ਮਿਲਦੇ ਹਾਂ ਕੱਲ੍ਹ ਨਵੇਂ ਵਲੌਗ ਨਾਲ, ਅਤੇ ਬਸ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ। ਡੇਲੀ ਤੁਹਾਡੇ ਲਈ ਵਧੀਆ ਵਧੀਆ ਇਨਫੋਰਮੇਸ਼ਨ ਵਾਲੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਜਿਨ੍ਹਾਂ ਦੇ ਰਿਜ਼ਲਟ ਹੈਗੇ ਆ। ਅਤੇ ਮਿਲਦੇ ਹਾਂ ਕੱਲ੍ਹ ਨਵੇਂ ਵਲੌਗ ਨਾਲ। ਹੁਣ ਸਾਰੇ ਕਰ ਦਿਓ ਵਧੀਆ ਜੀ ਸਮਾਈਲ, ਅਤੇ ਖੁਸ਼ ਹੋ ਜਾਓ। ਖੁਸ਼ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ। ਬਾਏ ਬਾਏ।